ਚੱਲੀ ਜਾਣ। ਹਾਂਜੀ ਬਾਈ ਲਾਈਵ ਥੋੜ੍ਹਾ ਆਪਣਾ ਨੈਟਵਰਕ ਘੱਟ ਸੀਗਾ ਜੀ, ਉਹਦੇ ਕਰਕੇ ਆਪਾਂ ਰਿਕਾਰਡ ਕਰ ਰਹੇ ਹਾਂ, ਅਤੇ ਬਹੁਤ ਵਧੀਆ ਮੈਚ ਲੱਗਣਾ ਹੈ, ਛੋਟੂ ਮਾਜਰਾ ਅਤੇ ਮੰਚਲ ਨਜ਼ਫਗੜ੍ਹ ਦੀ ਟੱਕਰ ਆ ਜੀ, ਬਹੁਤ ਵਧੀਆ ਮੈਚ ਜਿਹੜਾ ਲੱਗਣਾ, ਛੋਟੂ ਮਾਜਰਾ ਅਤੇ ਮੰਚਲ ਨਜ਼ਫਗੜ੍ਹ ਦੀ ਆਲ ਓਪਨ ਦਾ ਰਵਾੜੀ ਸਾਈਡ ਦਾ ਟੂਰਨਾਮੈਂਟ ਆ ਜੀ, ਮੋਹਤਲਾ ਕਲਾਂ ਲਾਓ। ਖੱਲੀ ਚੜ ਗਈ ਲੱਤ ਨਹੀਂ ਸਹੀ ਡਾਕਟਰ ਜੀ ਦੀ ਵਿਭਾਗ ਤੇ ਉਹਦੇ ਸਿਰ ਪੈਣ ਹੋ ਗਈ ਲਾਲ ਟੀ ਸ਼ਰਟ ਦਾ ਨਾਮ ਬਤਾਏ 50 ਰੁਪਏ ਪਾਏ ਹੋਆ ਚੱਲੀ ਜਾਂਦੀ ਆ, ਇੱਕ ਮਿੰਟ 15 ਸਕਿੰਟਾਂ ਦੀ ਹੋਈ। ਇੱਕ ਜੀਰੋ ਹੋ ਗਿਆ ਜੀ, ਮਿਹਨਤ ਹੈ ਹੋ ਗਈ ਸਕੋਰ ਦਾ ਫਿਰ ਪਤਾ ਲੱਗਣਾ ਚਾਹੀਦਾ। 0-2 0-2 ਚੇਂਜ, ਬਹੁਤ ਹੀ ਬਿਹਤਰੀਨ ਸ਼ਾਟ। ਇੱਕ ਦੋ ਹੋ ਗਏ ਜੀ, ਪੁਆਇੰਟ ਲੱਗ ਗਿਆ। ਓਏ ਭਾਈ ਸਾਹਿਬ ਦੋ ਇੱਕ ਚੇਂਜ, ਪਿਛਲੀ ਵਾਰ ਆਪਣੇ ਸੱਤ ਰਨ ਹੈਗਾ ਛੋਟੂ ਸ਼ਾਸਤਰੀ ਵਰਿੰਦਰ ਸੀਗਾ, ਇੱਕ ਛੋਟੂ ਸੀ, ਬਾਬਾ ਹੀ ਚੈਨ ਵਾਲੀ ਛੋਟੂ ਮਾਜਰੇ ਨੂੰ ਖੇਡਦਾ ਇੱਕ ਬਾਲ ਬੋਲ ਉਵੇਂ ਮਾਰਦਾ।
ਪੰਚ ਨਾਲ ਗਰਸੀ ਨੇ ਹੋਣਾ ਕਿਨੇ ਹੋਣਾ ਇੱਧਰ ਦੇ ਨਹੀਂ ਚੱਲੀ ਵੀ ਜਾਂਦੀ ਹੈ ਵੀਡੀਓ ਚੱਲੀ ਜਾਂਦੀ ਹੈ ਜੀ 5 ਮਿੰਟ 22 ਸਕਿੰਟਾਂ ਦਾ ਮੈਚ ਹੋ ਚੁੱਕਿਆ ਵੀਡੀਓ ਪਾ ਕੇ ਯਾਰ ਪੇਜ ਤੇ ਮੈਚ ਪੈ ਜਾਊਗਾ ਯਾਰ ਮੈਚ ਪੈ ਜਾਣਗੇ ਰੀਚ ਵਾਧੂ ਪੇਜ ਦੀ ਬਿਲਕੁਲ ਭਾਈ ਬਿਹਤਰੀਨ ਜਵਾਬ ਦੀ ਆ ਅਪਲੋਡ ਕਰ ਦਿਆਂਗੇ ਨਾ ਬਿਹਤਰੀਨ ਜਵਾਬ ਦੀ ਆ ਜੋਂਟੀ ਵੀਰ ਵਾਲ ਦੇਖਣਾ ਗੱਲਾਂ ਤੁਸੀਂ ਸੁਣ ਲਈ ਇੱਕ ਦੋ ਚੇਂਜ ਭਾਈ ਛੋਟਾ ਕਹਿੰਗਾ ਕਿਉਂ ਕੋਣੇ ਖੇਡਣਾ ਨਹੀਂ ਸੀ ਬਾਲ ਖਰਾਬ ਆਪੇ ਨੀ ਜ਼ਿਆਦਾ ਲੈ ਕੇ ਹੱਟ ਕਿੰਨੇ ਹੋ ਗਏ ਤਿੰਨ ਦੋ ਨਹੀਂ ਤਿੰਨ ਹੋ ਗਏ ਉਹ ਇਹਨੇ ਹੇਠਾਂ ਦੀ ਕੱਢੀ ਰਿਸ਼ਤਾ ਤਿੰਨ ਹੋ ਗਏ ਪਹਿਲਾਂ ਉਹਨੇ ਸ਼ਿਵਮ ਨੇ ਖਰਾਬ ਕਰੀ ਨੈੱਟ ਤੋਂ ਫਿਰ ਆ ਬਾਈ ਨੇਠਾਂ ਦੀ ਕੱਢੀ ਹੁਣ ਹੋਊ ਬਾਈ ਨੇ ਤਿੰਨ ਦੋ ਹੋ ਗਏ ਜੀ ਪੁਆਇੰਟ ਡਿਸਕਸ਼ਨ ਤੋਂ ਬਾਅਦ ਪਤਾ ਲੱਗਿਆ ਬਹੁਤ ਹੀ ਜਦੋਂ ਜਾਇਦ ਕਰਕੇ ਪੁਆਇੰਟਾਂ ਦਾ ਪਤਾ ਚੱਲਿਆ ਆਟਵਾਲ ਜੀ ਦੋ ਤਿੰਨ ਚੇਂਜ ਟਾਈਮ ਆਊਟ ਹੋ ਗਿਆ ਜੀ ਲਾਈਵ ਅੱਗੇ ਨੈਟ ਤੇ ਹੋਣੀ ਉਹਨਾਂ ਦੀ ਕੰਜਾ ਮਨ ਚੱਲਣ ਨੂੰ ਐਸ ਡੀ ਡੀ ਆਰ ਕਿੱਥੋਂ ਬੰਦ ਹੋਊਗਾ ਐਸ ਡੀ ਡੀ ਆਰ ਥੱਲੇ ਹਟ ਕੇ ਚੱਕ ਲਾ ਅਸੀਂ ਆਈਫੋਨ ਵਾਲਾ ਮੋਡ ਚਲਾ ਦਾ ਆਈਫੋਨ ਦਾ ਤੈਨੂੰ ਹਿਸਾਬ ਐਕਸਰ ਮੋਡ ਚਲਾ ਦਾ
ਬਹੁਤ ਹੀ ਵਧੀਆ ਸ਼ਾਟ ਛੋਟੂ ਮਾਚ ਰਿਹਾ ਦਾ ਪੁਆਇੰਟ ਕਿੰਨੇ ਹੋ ਗਏ ਬਈ 7-3 ਹੋ ਗਏ ਜੀ ਕਿਵੇਂ ਪੁਆਇੰਟ ਬਾਬੇ ਨੇ ਹਿਲਾ ਦਾ ਉਹ ਬਹੁਤ ਵਧੀਆ ਬਣ ਬਾਰੇ ਬਾਈ ਨੈਟ ਵਾਲੇ ਨੇ ਬਸ ਹੋ ਗਏ ਮੈਚ ਸਾਰੇ ਹੋ ਗਏ ਦੂਜਾ ਤੀਜਾ ਇੱਧਰ ਹੋਊ ਦੂਜਾ ਹੀ ਹੋਊ ਭਾਈ ਲੱਗਦਾ ਨਾ ਦੋਨੇ ਸੱਤਵਾਂ ਦੱਸਿਆ ਆ ਗਿਆ ਟੁੱਟ ਆ ਗਿਆ ਬਹੁਤ ਵਧੀਆ ਡਿਫੈਂਸ ਕੀਤਾ ਭਾਈ ਸਾਬਾਸ਼ ਕਰ ਦਿੱਤਾ
10 ਤਿੰਨ ਚੇਂਜ ਫੇਰ ਆਪਣੇ ਲਈ ਵਾਹੀ ਕਹਿੰਦਾ ਮੈਂ ਤਾਂ ਲਾਸਟ ਮਿੰਟ ਤੱਕ ਵੜ ਆਈ ਬਹੁਤ ਹੀ ਬਿਹਤਰੀਨ ਮੈਚ ਚੱਲਦਾ ਛੋਟੂ ਵਰਸੇ ਮੰਚਲ ਉੱਪਰ ਚੱਕ ਕੇ ਰੱਖਾਂ ਪਹਿਲਵਾਨ ਆ ਗਿਆ ਜੀ ਉੱਧਰ ਸੈਂਟਰ 'ਚ ਬਹੁਤ ਵਧੀਆ ਡਿਫੈਂਸ ਕੀਤਾ ਬਾਈ ਪੂਰਾ ਚੇਂਜ ਹੋ ਗਿਆ ਬਾਈ ਭੈਣ 11 3 ਦੇ ਨੈਟ ਮੈਨ ਖਰਾਬ ਕਰ ਗਿਆ ਜੀ ਬਾਲ 12 3 ਆਊਟ ਹੀ ਪ੍ਰੇਮ ਕਹਿ ਤਾ ਨਾ ਬੋਲ ਕਰ ਦਿੰਦਾ ਨਹੀਂ ਟਰਾਈ ਜੀ ਨਾ ਵੀ ਖੇਡਦੇ ਨਹੀਂ ਪੇਸ਼ ਹੀ ਚੱਲਦੀ ਅਟੈਕ ਬਹੁਤ ਦੋਨਾਂ ਦਾ ਬਹੁਤ ਵਧੀਆ ਬਾਲ ਮਾਰੀ ਬਾਈ ਸ਼ਿਵਮ ਨੇ ਕਿਹਦਾ ਮੋਟਰਸਾਈਕਲ ਥੋੜ੍ਹੀ ਆਇਆ ਕਿੰਨੇ ਕਿਲੋਮੀਟਰ ਪੈ ਗਏ ਇਹਨਾਂ ਨੂੰ ਬਹੁਤ ਵਧੀਆ ਸ਼ਾਟ ਬਾਈ ਚੱਕਦੇ ਉਸਤਾਦ ਵੀ ਖੜਾ ਹਾਰੇ ਮੈਚ ਹਾਰ ਗਏ ਜੀ ਟੁੱਟਣ ਮੈਚ ਵਧੀਆ ਖੇਡੇ ਨਾ ਜੀ ਸਭ
ਤਿੰਨ ਤੇਰਾ ਚੇਂਜ ਜੀ ਕਮੈਂਟ ਵੀ ਆ ਗਏ ਪਤਾ ਨਹੀਂ ਉਹ ਕਿਹੜੇ ਪੇਜ ਵਾਲਾ ਸੀ ਉਹ ਪੁਰਾਣੇ ਮੈਚ ਲਾਈਵ ਕਰ ਦਿੰਦਾ ਸੀ ਦੁਬਾਰੇ ਲੋਕ ਦੁਬਾਰੇ ਪੁੱਛਿਆ ਮੈਚ ਤਾਂ ਦਿਨੇ ਚੱਲਿਆ ਕਰੇ ਉੱਧਰ ਰਾਤ ਹੋਇਆ ਕਰੇ ਮੈਚਾਂ ਦੇ ਲੋਕ ਕਮੈਂਟ ਕਰੀ ਕਰ ਬਾਈ ਆ ਦੀਦੀ ਦੇਖਦਾ ਲਾ ਹੋਰ ਨਹੀਂ ਫਿਰ ਵੀ ਯਾਰ ਸਟ੍ਰੀਮਿੰਗ ਹੁੰਦੀ ਹੈ ਜਿਹਦੇ ਥਰੂ ਹੋ ਜਾਂਦਾ ਦੁਬਾਰੇ ਉਹੀ ਮੈਚ ਲਾਈਵ ਹੋਵੇ ਬੰਦੇ ਨੇ ਤਾਂ ਆਪਣੇ ਵਰਗੇ ਦੇਖਣ ਦਾ ਪਤਾ ਲੱਗਦਾ ਵੀ ਹੁਣ ਤਾਂ ਦੇਣਾ ਯਾਰ ਵੀ ਤਾਂ ਰਾਤ ਦਾ ਪ੍ਰੇਮ ਦਾ ਜੰਪ ਮਾਂਚਲ ਦਾ ਸ਼ੋਟ ਅਨਿਲ ਦੀ ਅੰਡਰ ਛੋਟੂ ਦਾ ਡਿਫੈਂਸ ਕਿਹਦੇ 'ਚ ਕਿਹੜੀ ਖੂਬੀ ਦੱਸਣੀ ਜ਼ਰੂਰ ਹੈ ਸਾਡੇ ਪਿੰਡ ਪਤਾ ਕੀ ਹੋਇਆ ਸਾਡੇ ਪਿੰਡ ਦੀ ਗਿਰਦੀ ਗਿਰਦੀ ਵੀ ਉਹ ਗਿਰਦੀ ਦਾ ਗਿੱਠਾ ਹੋ ਗਿਆ ਜਿੰਦੂ ਦੀ ਢੂਹੀ ਪੜ ਫਿਰਿਆ ਗੋਟਾ ਤਿੰਨ ਚਾਰ ਜਾਣੇ ਇੰਜਰ ਹੋ ਗਏ ਬਿੱਟੂ ਕਹਿੰਦਾ ਕਹਿੰਦਾ ਜਿੰਦੂ ਦੀ ਢੂਹੀ ਗਿਰਦੀਪ ਦਾ ਗੁਰਦੀਪ ਦਾ ਗਿੱਠਾ ਪੜ ਤੇਰਾ ਗੁੱਟ ਕਿਹਦੇ ਕਿੰਨੀ ਕੋਈ ਸ਼ਰਟ ਹੈ ਦੱਸਣਾ ਜ਼ਰੂਰੀ ਪੜਤੇ ਦਾ ਗੁੱਟ ਕਹਿੰਦਾ ਕਿਹਦੇ ਕਿੰਨੀ ਕੋਈ ਸ਼ਰਟ ਪੱਚੀ ਮਿੰਟ 11 ਸਕਿੰਟ ਹੋ ਗਏ ਮੈਚ ਚੱਲਦੇ ਨੂੰ ਵਾਟਰ ਬ੍ਰੇਕ ਸੀ ਬਾਈ ਚੱਲ ਪਿਆ ਮੈਚ ਦੁਬਾਰੇ 13-3 ਚੇਂਜ ਹੋ ਗਈ ਅੱਛਾ ਇਹ ਤਾਂ ਕਿਹਨੇ ਖਰਾਬ ਕਰਤੀ ਸਕੀਮ ਲਾਉਂਦਾ ਸਕੀਮ ਲੱਗੀ ਨਹੀਂ ਜਾਣੀ ਦਰਸ਼ਕ ਵੀ ਪਹੁੰਚ ਗਏ ਬਾਈ ਹਮ ਹਮ ਆ ਕੇ ਹੁਣ ਮੈਚ
ਬਦਲ ਵੀ ਸਕਦਾ ਆ ਤਾਂ ਉਵੇਂ ਮਰੀ ਜਿਵੇਂ ਉਹਨੇ ਸਿੱਧੀ ਮਰੀ ਮੈਂ ਫਿਰ ਇੱਧਰ ਰਿਕਾਰਡਿੰਗ ਕਰਦਾ ਨਾ ਫਰਕ ਪੈਂਦਾ ਬਹੁਤ ਵਧੀਆ ਸ਼ਾਟ ਬਾਈ ਮਾਂਚਲ ਨਾਚ ਵਿਗੜਦਾ ਨੈੱਟਮੈਨ ਬਹੁਤ ਗਲਤੀਆਂ ਕਰੀ ਜਾਂਦਾ ਬਾਈ ਖਾਸ਼ੇ ਕਰ ਗਿਆ ਚਾਰ ਪੰਜ ਵਾਲਾ ਖਰਾਬ ਕਰ ਗਿਆ ਨਿਕਲੋ ਕਿਹੜੇ ਰਾਸਤੇ ਨਿਕਲਦੇ ਅੱਜ ਨੀ ਹਟਦਾ ਵੀ ਆ ਅਣਖੀਲਾ ਤੁੰਬਾ ਨੀ ਵੱਜਦਾ ਤਾਰ ਬਿਨਾ ਚੱਲ ਪਾਵੀ ਮਾਂਚਲ ਨੈੱਟਮੈਨ ਕਿੱਥੋਂ ਦਾ ਚਲੇਗੀ ਚਲੇਗੀ ਗੇਮ ਬਾਈ ਦਿੱਲੀ ਕਿੱਥੇ ਲੈ ਗਿਆ ਮੈਂ ਤਾਂ ਤੈਨੂੰ ਕਹਿਣਾ ਦਿੱਲੀ ਤਾਂ ਲਿਖੀ ਨੀ ਬਹੁਤ ਵਧੀਆ ਸ਼ਾਟ ਬਾਈ ਚੱਲ ਪਿਆ ਮਾਂਚਲ ਬਾਈ ਪੈਡ ਬਣ ਕੇ ਨਾ ਘੱਟ ਮੈਂ ਵੀ ਨੀ ਕਿਸੇ ਨਾਲ ਖੁੱਲ ਗਏ ਪਿਊਸ਼ ਵਾਰਸੀ ਬਾਜੀ ਵਾ ਆ ਛੋਟਾ ਕਹਿੰਗਾ ਪਾਣੀ ਵੀ ਕਹੀਏ ਨਾਲ ਜਾ ਸਕ ਨਾ ਕਮੈਂਟ ਨਹੀਂ ਕਰਦੇ ਟੇਮ ਵੀ ਨੱਟਰ ਵਾਲੇ ਆਪਣੇ ਕਾ ਨੈੱਟ ਖੜਾ ਹੋਵੇ ਬਾਹਰ ਕਰ ਲਾ ਇਹ ਖੇਡਦੇ ਨੈੱਟ ਮਾਰ ਕੇ ਚੱਲ ਪਿਆ ਬਾਈ ਨਾ ਵਿਊ ਹਿੱਲ ਗਿਆ ਥੋੜਾ ਕਿਹਨੇ ਹਿੱਲਿਆ ਸਾਰੇ ਬੰਦੇ ਤਾਂ ਨੀ ਲੈਦੇ ਖੇਡਣ ਵਾਲੇ ਲੈਦੇ ਕਹਿੰਦੇ ਸਾਰੇ ਬੰਦੇ ਐਂ ਘੁਮਾਉਣਾ ਪੂਜ ਤੈਨੂੰ ਕੈਮਰਾ ਤੁਹਾਡੇ ਬਾਰੇ ਪੰਜ ਗਿਆਰਾਂ ਚੱਲ ਪਈ ਬਾਈ ਗੇਮ ਗੇਮ ਚੱਲ ਪਈ ਮੈਚ ਬਣੋ ਬਾਈ ਹੌਲੀ ਹੌਲੀ ਦਰਸ਼ਕ ਜੁੜੇ ਰਹੇ ਹੋ ਬਹੁਤ ਵਧੀਆ ਬਾਲ ਮਾਰੀ ਬਾਈ ਪਹਿਲਵਾਨ ਨੇ ਡੀਵ ਟੋਪਰੇ ਦਾ ਡਿਫੈਂਸ ਚਲੋ
ਛੇ 13 ਸਕੋਰ ਹੋ ਗਏ ਮੇਰੇ ਹਿਸਾਬ ਨਾਲ ਬਾਈ। ਹੋਰ ਜੀ ਬਾਈ ਠੀਕ ਹੋ ਜੀ? ਵਾਟਰ ਬ੍ਰੇਕ ਹੈ ਬਾਈ 6-13। ਚੌਦਵਾਂ ਲੱਗ ਗਿਆ ਵੀਰੇ, 14-6 ਹੋ ਗਏ ਜੀ। ਹਾਂਜੀ ਅਭੀ ਕੋਈ ਪਤਾ ਨਹੀਂ ਬਾਈ, ਬਣ ਜਾਤਾ ਕਈ ਵਾਰ।
15 6 ਹੋ ਗਏ ਵੀਰੇ ਇੱਕੀਆਂ ਦੀ ਗੇਮ ਆ 15 6 ਹੋ ਗਏ ਜੀ ਪ੍ਰੇਮ ਬਾਈ ਜੇ ਰੱਛੀ ਠੀਕ ਕਰੋ ਬਾਹਰ ਗਈ ਹੋ ਯਾਰ ਰੱਛੀ ਥੋੜ੍ਹੀ ਉਠਾ ਕੇ ਫੇਂਕ ਦਿਓ ਸੱਤ 15 ਹੋ ਗਏ ਵੀਰੇ ਸੱਤ ਮਾਂਚਲ ਨਜਬਗੜ 15 ਛੋਟੂ ਮਾਜਰਾ ਲਾਈਨ ਪੇ ਜਾਣੇ ਦੇ ਪ੍ਰੇਮ ਬਾਈ ਮੇਰੇ ਹਿਸਾਬ ਨਾਲ 9-15 ਹੋ ਗਏ ਵੀਰੇ 9-15 ਆਊਟ ਮੈਚ ਬਣ ਗਿਆ ਵੀਰੇ ਬਣੂਗਾ ਜੇ ਹੋਰ ਵੀ ਮੈਚ ਨੇ ਨੇੜੇ ਜਾਣਾ 9-15 ਸਕੋਰ ਹੋ ਗਏ ਜੀ 21 ਦੀ ਗੇਮ ਲਓ ਜੀ 9-15 ਤੋਂ ਫਿਰ ਸਟਾਰਟ ਹੋਣ ਲੱਗਿਆ ਗੇਮ 9-15
ਹਾਂਜੀ ਬਾਈ ਖਾਲੀ ਬਾਈ ਦਸ ਪੰਦਰਾਂ ਹੋ ਗਏ ਵੀਰੇ ਹਾਂ
ਬਹੁਤ ਵਧੀਆ ਯਾਰ। ਗਿਆਰਾਂ ਪੰਦਰਾਂ ਹੋ ਗਏ ਵੀਰੇ, ਬਾਰਾਂ ਪੰਦਰਾਂ ਹੋ ਗਏ ਵੀਰੇ, ਬਾਰਾਂ ਪੰਦਰਾਂ ਪੰਦਰਾਂ ਬਾਰਾਂ ਚ ਬਹੁਤ ਤਕੜੀ ਪੱਟੀ ਚੱਕ ਦੇ ਉਸਤਾਦ, ਬਾਰਾਂ ਪੰਦਰਾਂ ਚੇਂਜ। ਬਾਰਾਂ ਪੰਦਰਾਂ ਬਾਈ, ਬਾਰਾਂ ਪੰਦਰਾਂ। ਹੋਰ ਬਾਈ ਠੀਕ ਹੋ ਜੀ? ਬਾਰਾਂ ਪੰਦਰਾਂ
ਦੋ ਬਾਲ ਹੋਏ ਮੰਚ ਸਰਾ ਬਾਲ ਯਾਰ 13-15 ਹੋ ਗਏ ਬਾਈ ਤਕੜੀ ਸਮੈਸ ਸੁਵੇ ਸਹਾਰਨਪੁਰ ਤੇਰਾ ਪੰਦਰਾਂ ਚ
15 13 ਫੇਰ ਚੇਂਜ ਹੈ ਵੀਰੇ ਤੇਰਾਂ ਪੰਦਰਾਂ ਫੇਰ ਚੇਂਜ ਆ ਵੀਰੇ ਪੰਦਰਾਂ ਤੇਰਾਂ ਫੇਰ ਚੇਂਜ ਆ ਵੀਰੇ ਸੋਲਾਂ ਹੋ ਗਏ ਵੀਰੇ ਸੋਲਾਂ ਤੇਰਾਂ ਪ੍ਰਦੀਪ ਟੋਪਰਾ ਨੇ ਤਕੜਾ ਨੰਬਰ ਜੋੜਿਆ ਸੋਲਾਂ ਤੇਰਾਂ ਸੋਲਾਂ ਤੇਰਾਂ ਸੋਲਾਂ ਤੇਰਾਂ ਚੇਂਜ ਸੱਚੇ ਰਾਣਾ ਤਕੜੀ ਬਾਲ ਆ ਗਿਆ
ਨੰਬਰ 14 14 16 15 16 ਬਹੁਤ ਤਕੜਾ ਮੈਚ ਬਣ ਗਿਆ ਬਾਈ 15 16
16 ਬਰਾਬਰ ਹੋ ਗਏ ਬਾਈ 16 ਬਰਾਬਰ ਮੇਰੇ ਕੋਲ ਬਾਈ 350 350 ਹਾਂ ਆਰਟੀਮੋ ਵਾਲਾ ਸੰਗਰੂਰ ਮੇ ਹੈ ਬਾਈ ਇਕੱਠ ਜ਼ਿਆਦਾ ਹੋ ਗਿਆ ਬਾਈ ਉਮੀਦ ਸੇ ਜ਼ਿਆਦਾ ਬੜਕਰ ਹੋ ਗਿਆ ਬੜੀਆ ਵਿਵਸਥਾ ਕੀ ਹੋਈ ਸੀ ਮਟਰ ਪਨੀਰ ਸਲਾਦ ਸਾਰਾ ਕੁਛ ਰਹਿਤਾ ਹੋਇਆ ਤਾ ਉਹਨੇ ਸੋਚਿਆ ਥਾ ਕਿ 500-600 ਕਾ ਇਕੱਠ ਪਰ ਬੰਦਾ ਹੋ ਗਿਆ ਕਮ ਸੇ ਕਮ 1500-1700 ਜ਼ਿਆਦਾ ਦੁੱਗਣਾ ਇਸੇ ਵੀ ਜ਼ਿਆਦਾ ਹੋ ਗਿਆ ਬਾਈ ਅਰੇਂਜਮੈਂਟ ਤੋਂ ਬੜੀਆ ਕਰ ਰੱਖਾ ਤਾ ਬੰਦੇ ਨੇ ਤੋ ਉਮੀਦ ਸੇ ਜ਼ਿਆਦਾ ਇਕੱਠ ਹੋ ਗਿਆ ਬਾਈ ਕਿਉਂਕਿ ਉਹਨਾਂ ਨੇ ਸੋਚਿਆ ਥਾ ਕਿ ਆਹ ਟੀਮੇ ਆ ਬਾਈ 50 ਤੋਂ ਪਲੇਅਰ ਹੋ ਗਏ ਹਾਂ ਵੀ ਬਾਕੀ ਚਲੋ 300-400 ਬੰਦਾ ਦੇਖਣੇ ਆ ਜਾਏਗਾ ਤੋ ਇਕੱਠ ਜ਼ਿਆਦਾ ਹੋ ਗਿਆ ਇਸੀ ਲਈ ਥੋੜ੍ਹੀ ਦਿੱਕਤ ਆ ਗਈ ਸ਼ਾਇਦ ਆਪਕੋ ਨਾ ਮਿਲਾ ਪਰ ਵਿਵਸਥਾ ਬਹੁਤ ਵਧੀਆ ਸੀ ਹਾਂ 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 ਹੋਟਲ ਤੋਂ ਥੇ ਵਹਾਂ 24 ਘੰਟੇ ਵਾਲੇ ਬਾਈ ਥੋੜ੍ਹਾ 4-5 ਕਿਲੋਮੀਟਰ ਪੜਤੇ ਵਹਾਂ ਸੇ ਮਿਲ ਜਾਤੇ ਮਰੇਕੋਟਲਾ ਰੋਡ ਪੇ ਨਾ ਵਹਾਂ ਪੇ ਖੁੱਲ੍ਹੇ ਹੋਤੇ ਹੈ ਡੱਬੇ ਰਿਕਾਰਡਿੰਗ ਕਰ ਰਹਾ ਹਾਂ ਬਾਈ ਲੀਗ ਫਿਰ ਹਾਂ ਬਾਈ 31 ਅਗਸਤ ਕੋ ਕਿੰਨੇ ਹੋ ਗਏ ਪ੍ਰੇਮ 18-16
ਫੋਟੋ ਲਿਆ ਵੇ ਭਾਈ ਤਨੋ ਨਹੀਂ ਬਾਈ ਪਿਛਲੀ ਵਾਰ ਆਇਆ ਥਾ ਬਾਈ ਜੱਸਾ ਸ਼ੇਰੂ ਬਣਾ ਕੇ ਸੈੱਟ ਹਮਾਰੀ ਟੀਮ ਸੇ ਲੂਜ਼ ਕਰ ਗਿਆ ਥਾ ਵੋ ਮੈਂ ਹਾਂ ਜੌਂਟੀ ਕੇ ਸਾਥ ਹੀ ਥਾ ਮੈਂ ਬਾਈ ਜੌਂਟੀ ਮੈਂ ਛੋਟੂ ਮਾਜਰਾ ਸ਼ਾਸਤਰੀ ਬਾਈ ਹਾਂਜੀ ਬਸ ਸਤੰਬਰ ਸੇ ਚੱਲ ਜਾਏਂਗੇ ਬਾਈ ਬੁੱਕ ਹੋ ਰਹੇ ਹੈ ਟੂਰਨਾਮੈਂਟ ਸਤੰਬਰ ਅਕਤੂਬਰ ਹਾਂਜੀ ਸੋਲਾਂ ਉੱਨੀ ਹੈ ਵੀਰੇ ਸੋਲਾਂ ਉੱਨੀ ਇੱਕੀ ਇਸਕੀ ਗੇਮ ਚਲੇ ਬਾਹਰ ਬਣਾ ਰੱਖਿਆ
ਚਲ ਗਈ ਟੀਮ ਕਾ ਗੇਮ ਆ ਗਿਆ ਨਾ ਲਓ ਜੀ ਵੀਰੇ ਅਸੀਂ ਆਪਣਾ ਮੈਚ ਜੀ ਬਹੁਤ ਤਕੜਾ ਮੈਚ ਲੱਗਿਆ ਲੀਡ ਪੱਟ ਕੇ ਮੰਚਲ ਦੀ ਟੀਮ ਜੇਤੂ ਰਹੀ ਹੈ ਧੰਨਵਾਦ ਸਾਰੇ ਭਰਾਵਾਂ ਦੇ ਉਹਨਾਂ ਨੇ ਕੱਲ੍ਹ ਨੂੰ ਪਾਵਾਂਗੇ ਸੋਰੀ ਇਹ ਵੀਡੀਓ ਆਪਾਂ ਲਾਈਵ ਦੇ ਭੁਲੇਖੇ ਬੋਲ ਗਏ ਸੀ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ।